ਵੱਡੇ ਵੱਡੇ ਏਸੀ ਰੂਮ ਦੇ ਵਿੱਚ ਬੈਠ ਕੇ ਅਤੇ 16 ਟੈਂਪਰੇਚਰ ਅਤੇ ਏਸੀਆਂ ਨੂੰ ਕਰਕੇ ਇਹ ਕਹਿਣ ਵਾਲੇ ਕਿ ਗਰਮੀ ਬਹੁਤ ਜ਼ਿਆਦਾ ਇਸ ਵਾਰ ਪੈ ਰਹੀ ਹੈ ਤਾਂ ਉਹ ਤਸਵੀਰ ਦੇਖ ਲੈਣ। ਜੀ ਹਾਂ, ਮੈਂ ਹਾਂ ਸੁੱਖਾ ਖੇੜੀਵਾਲਾ। ਅੱਜ ਤੁਹਾਨੂੰ ਪੰਜਾਬ ਨਹੀਂ ਬਲਕਿ ਹਰਿਆਣਾ ਦੇ ਕੁਛ ਪਿੰਡਾਂ ਦੇ ਇਲਾਕਿਆਂ ਦਾ ਹਾਲ ਦਿਖਾਵਾਂਗੇ ਜਿੱਥੇ ਕੁਦਰਤ ਨਾਲ ਛੇੜਛਾੜ ਜਾਂ ਫਿਰ ਖਿਲਵਾੜ ਕੀਤਾ ਸਾਫ਼ ਤੌਰ 'ਤੇ ਨਜ਼ਰ ਆ ਰਿਹਾ ਆ। ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਟੈਂਪਰੇਚਰ 45 ਪਲੱਸ ਨਹੀਂ ਬਲਕਿ 55 ਜਾਂ 50 ਪਲੱਸ ਆਉਣ ਨੂੰ ਦੇਰ ਨਹੀਂ ਲੱਗੇਗੀ। ਤਸਵੀਰਾਂ ਭੇਵਾ ਹਰਿਆਣਾ ਪੰਜਾਬ ਸਰਹੱਦ ਦੇ ਨਾਲ ਲੱਗਦੇ ਉਹਨਾਂ ਪਿੰਡਾਂ ਦੇ ਸੜਕਾਂ ਦੇ ਕਿਨਾਰੇ 'ਤੇ ਖੜ੍ਹੇ ਹੋਏ ਦਰੱਖਤਾਂ ਦੀ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਵੱਧ ਤੋਂ ਬੱਤਰ ਨੇ। ਇਹ ਤਸਵੀਰ ਸਿਰਫ ਪੰਜਾਬ ਦੇ ਇਹਨਾਂ ਇਲਾਕਿਆਂ ਦੀ ਨਹੀਂ, ਜੇਕਰ ਗੱਲ ਕਰੀਏ ਹਰਿਆਣਾ ਦੀ, ਗੱਲ ਕਰੀਏ ਭਿਓਵਾ ਦੀ, ਗੱਲ ਕਰੀਏ ਦੇਵੀਗੜ੍ਹ ਦੀ, ਗੱਲ ਕਰੀਏ ਤਾਂ ਕੁਰੂਕਸ਼ੇਤਰ ਦੇ ਇਲਾਕਿਆਂ ਦੀ, ਗੱਲ ਕਰੀਏ ਤਾਂ ਉਹਨਾਂ ਇਲਾਕਿਆਂ ਤੱਕ ਤਸਵੀਰ ਅਜਿਹੀ ਹੀ ਨਜ਼ਰ ਆਉਂਦੀ ਹੈ। ਬੜੀ ਡਰਾਉਣੀ ਅਤੇ ਭਿਆਨਕ ਤਸਵੀਰ ਹੈ ਕਿਉਂਕਿ ਦੇਖ ਸਕਦੇ ਹੋ ਸਿਰਫ ਦਰੱਖਤਾਂ ਨੂੰ ਹੀ ਨਹੀਂ ਫੂਕਿਆ ਗਿਆ, ਉੱਧਰ ਟਰੱਕ ਵੀ ਜਿਹੜਾ ਹਾਦਸਾਗ੍ਰਸਤ ਹੋ ਗਿਆ ਸੀ ਕਿਉਂਕਿ ਜਿਹੜਾ ਦਰੱਖਤ ਅੱਗ ਦੀ ਲਪੇਟ ਦੇ ਆਉਣ ਕਰਕੇ ਝੁਕ ਗਿਆ ਜਾਂ ਕਹਿ ਟੁੱਟ ਗਿਆ ਤਾਂ ਉਸਦੇ ਵਿੱਚ ਲਪੇਟ ਦੇ ਵਿੱਚ ਟਰੱਕ ਆ ਗਿਆ ਸੀ। ਦੱਸ ਦਈਏ ਕਿ ਸਿਰਫ ਇਹਨਾਂ ਦਰੱਖਤਾਂ ਨੂੰ ਹੀ ਅੱਗ ਨਹੀਂ ਲਗਾਇਆ ਗਿਆ ਸਗੋਂ ਕੁਦਰਤ ਦੇ ਨਾਲ ਛੇੜਛਾੜ ਕੀਤੀ ਗਈ ਆ ਅਤੇ ਇੱਥੇ ਰਹਿਣ ਵਾਲੇ ਹਜ਼ਾਰਾਂ ਹੀ ਸੈਂਕੜੇ ਹੀ ਜਿਹੜੇ ਕਹਿ ਸਕਦੇ ਹਾਂ ਕਿ ਪੰਛੀ ਜਾਂ ਜਾਨਵਰ ਲਾ ਲਓ ਉਹਨਾਂ ਦੀ ਵੀ ਮੌਤ ਦਾ ਕਾਰਨ ਜਿਹੜਾ ਕਿਤੇ ਨਾ ਕਿਤੇ ਇਹ ਅੱਗ ਬਣੀ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਇਸ ਅੱਗ ਨੇ ਕਿੰਨਾ ਤਾਂਡਵ ਮਚਾਇਆ, ਅੱਗ ਕਿੱਥੋਂ ਆਈ, ਕਿਵੇਂ ਲੱਗੀ। ਖੈਰ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ, ਪਰ ਹਰੇ ਭਰੇ ਦਰੱਖਤ ਕਿਵੇਂ ਜੜ੍ਹ ਤੋਂ ਲੈ ਕੇ ਤਣਿਆਂ ਤੱਕ ਅਤੇ ਪੱਤਿਆਂ ਤੱਕ ਫੁਕੇ ਹੋਏ ਨਜ਼ਰ ਆਉਂਦੇ ਨੇ, ਇਹ ਜ਼ਰੂਰ ਸਪੱਸ਼ਟ ਹੋ ਰਿਹਾ ਆ ਕਿਸ ਤਰ੍ਹਾਂ ਜੜ੍ਹਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਖਤਮ ਹੋ ਕੇ ਨਸ਼ਟ ਜਿਹੜੇ ਦਰੱਖਤ ਇਹ ਹੋ ਚੁੱਕੇ ਨੇ ਤੁਹਾਡੇ ਸਾਹਮਣੇ ਨੇ। ਹੁਣ 1% ਵੀ ਇਹ ਜਿਹੜੇ ਜਲੇ ਹੋਏ ਅਜਿਹੇ ਦਰੱਖਤ ਨੇ ਇਹਨਾਂ ਦਾ ਨਾ ਹੋਣਾ ਮੁਮਕਿਨ ਨਹੀਂ ਹੈ, ਨਹੀਂ ਹੋ ਸਕਦੇ ਕਿਉਂਕਿ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਉਸਨੇ ਇੱਥੇ ਖੜ੍ਹੇ ਘਾਹ ਫੂਸ ਨੂੰ ਤਾਂ ਜਲਾ ਕੇ ਖਾਕ ਰਾਖ ਕਰ ਹੀ ਦਿੱਤਾ ਬਲਕਿ ਜਿਹੜੇ ਦਰੱਖਤ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਤਾਂ ਉੱਥੇ ਤੱਕ ਭਾਵੇਂ ਟਾਹਲੀ, ਕਿੱਕਰ, ਬੇਰੀ ਜਾਂ ਫਿਰ ਨਿੰਮ ਜਾਂ ਫਿਰ ਕੋਈ ਵੀ ਅਜਿਹਾ ਦਰੱਖਤ ਹੋਵੇ ਜਿਹੜਾ ਇੱਥੇ ਹਰਾ ਭਰਾ ਸੀ ਅਤੇ ਪਰ ਹੁਣ ਜੋ ਸਥਿਤੀ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਇਹ ਡਰਾਉਣ ਵਾਲੀ ਤਸਵੀਰ ਹੈ। ਇਹ ਉਹ ਲੋਕ ਦੇਖ ਲੈਣ ਜਿਹੜੇ ਲੋਕ ਕਹਿੰਦੇ ਨੇ ਕਿ ਟੈਂਪਰੇਚਰ ਦੇ ਵਿੱਚ ਵਾਧਾ ਹੋ ਗਿਆ ਆ, ਕੁਦਰਤ ਕਹਿਰ ਵਰਪਾ ਰਹੀ ਹੈ, ਗਰਮੀ ਵਰਪਾ ਰਹੀ ਹੈ। ਪਰ ਦੱਸ ਦਈਏ ਇਹ ਹਾਲਾਤਾਂ ਕਾਰਨ ਅਜਿਹੇ ਹਾਲਾਤ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਕਹਿੰਦੇ ਨੇ ਕਿ ਕੁਦਰਤ ਜਾਂ ਰੱਬ ਦੇ ਖਿਲਾਫ ਧਰਨੇ ਨਹੀਂ ਲੱਗਣੇ, ਜੇਕਰ ਕੁਦਰਤ ਦੇ ਨਾਲ ਵਾਤਾਵਰਨ ਦੇ ਨਾਲ ਛੇੜਛਾੜ ਕਰੋਗੇ ਤਾਂ ਨਤੀਜੇ ਆਉਣ ਵਾਲੇ ਇਸ ਤੋਂ ਵੀ ਭਿਅੰਕਰ ਹੋ ਸਕਦੇ ਨੇ। ਆਖਰ ਸਾਲਾਂ ਬੱਧੀ ਖੜ੍ਹੇ ਇਹ ਦਰੱਖਤ ਜਿਹੜੇ ਨੇ ਇਹਨਾਂ ਨੂੰ ਇਸ ਤਰ੍ਹਾਂ ਜਲਾ ਕੇ ਫੂਕ ਕੇ ਖਤਮ ਕਰਨ ਤੋਂ ਬਾਅਦ
ਕੀ ਆਪਾਂ ਠੰਡੀ ਹਵਾ ਭਾਲਦੇ ਹਾਂ, ਕੀ ਵਾਤਾਵਰਨ ਸਾਫ਼ ਭਾਲਦੇ ਹਾਂ, ਤਾਂ ਕਿਵੇਂ ਆਪਾਂ ਨੂੰ ਵਾਤਾਵਰਨ ਸਾਫ਼ ਮਿਲੇਗਾ ਅਤੇ ਕਿਵੇਂ ਆਪਾਂ ਨੂੰ ਠੰਡੀ ਕੁਦਰਤੀ ਹਵਾ ਮਿਲੇਗੀ। ਇਹ ਇੱਕ ਵੱਡਾ ਸਵਾਲ ਹੈ, ਪਰ ਦੱਸ ਦਈਏ ਕਿ ਇਹ ਦਰਖਤ ਜਿਹੜੇ ਨੇ ਪਤਾ ਨਹੀਂ ਕਿੰਨੇ ਕੁ ਸਾਲਾਂ ਦੇ ਇੱਥੇ ਖੜ੍ਹੇ ਸੀ, ਪਰ ਅੱਗ ਦੀ ਚਪੇਟ ਆਉਣ ਦੇ ਕਾਰਨ ਜਿਹੜੇ ਇਹ ਸ਼ਾਇਦ ਹੁਣ ਦੁਬਾਰਾ ਨਹੀਂ ਖੜ੍ਹੇ ਹੋ ਪਾਉਣਗੇ, ਨਹੀਂ ਦੁਬਾਰਾ ਜਿਹੜਾ ਹੈਗਾ ਉਹ ਆਪਣੀ ਉਸੀ ਹਾਲਤ ਦੇ ਵਿੱਚ ਹਰੇ ਭਰੇ ਨਹੀਂ ਹੋ ਸਕਦੇ। ਹਾਲਾਤ ਤੁਹਾਡੇ ਤੱਕ ਇਸ ਤਸਵੀਰਾਂ ਦੁਆਰਾ ਦਰਸਾਉਣ ਦੀ ਕੋਸ਼ਿਸ਼, ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਦਤੋ ਬਦਤਰ ਨੇ। ਦੂਰ ਦੂਰ ਤੱਕ ਜਿੱਥੇ ਤੱਕ ਵੀ ਤਸਵੀਰ ਜਾਂਦੀ ਹੈ ਤਾਂ ਉੱਥੇ ਹਾਲਾਤ ਬਦਤੋ ਬਦਤਰ ਹੀ ਨਜ਼ਰ ਆ ਰਹੇ ਨੇ। ਹੁਣ ਸਵਾਲ ਉਹਨਾਂ ਲੋਕਾਂ ਲਈ ਜਿਹੜੇ ਲੋਕ ਕੁਦਰਤ ਨਾਲ ਖਿਲਵਾੜ ਕਰਦੇ ਨੇ ਅਤੇ ਦਰੱਖਤਾਂ ਨੂੰ ਅੱਗ ਲਗਾ ਕੇ ਸਾੜ ਦਿੰਦੇ ਨੇ, ਭਾਵੇਂ ਕਿ ਉਹਨਾਂ ਦੀ ਮਨਸ਼ਾ ਇਹਨਾਂ ਦਰੱਖਤਾਂ ਨੂੰ ਸਾੜਨ ਦੀ ਨਾ ਹੋਵੇ, ਪਰ ਇਹਨਾਂ ਜਗ੍ਹਾਵਾਂ 'ਤੇ ਛੋਟੇ ਛੋਟੇ ਕੀਟ ਪਤੰਗੇ ਪੰਛੀ ਜਿਹੜੇ ਨੇ ਆਪਣੇ ਰਹਿਣ ਵਸੇਰੇ ਵਿੱਚ ਰਹਿੰਦੇ ਹੋਣਗੇ, ਉਹ ਕਿਸ ਤਰ੍ਹਾਂ ਜਿਹੜਾ ਫੋਕੇ ਹੋਣਗੇ, ਮਰੇ ਹੋਣਗੇ, ਉਹਦਾ ਅੰਦਾਜ਼ਾ ਲਾਉਣਾ ਵੀ ਬਹੁਤ ਔਖਾ ਆ। ਪਰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਇਸ ਲਗਾਈ ਗਈ ਅੱਗ ਦੇ ਨਾਲ, ਦਰੱਖਤਾਂ ਨਾਲ, ਕੁਦਰਤ ਦੇ ਨਾਲ ਖਿਲਵਾੜ ਜ਼ਰੂਰ ਹੋਇਆ। ਜੇਕਰ ਇਸ ਤਰ੍ਹਾਂ ਹੁੰਦਾ ਰਿਹਾ ਤਾਂ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਏਗਾ, ਆਉਣ ਵਾਲੀ ਗਰਮੀ ਕਿਹੋ ਜਿਹੀ ਹੋਏਗੀ, ਇਹ ਸ਼ਾਇਦ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ। ਅਤੇ ਜ਼ਰੂਰਤ ਹੈ ਹੋਰ ਦਰੱਖਤ ਪੌਦੇ ਪੇੜ ਪੌਦੇ ਲਗਾਉਣ ਦੀ, ਤਾਂ ਜੋ ਵਾਤਾਵਰਨ ਹਰਾ ਭਰਾ ਹੋ ਸਕੇ, ਬਰਸਾਤਾਂ ਹੋ ਸਕਣ ਅਤੇ ਗਰਮੀ ਤੋਂ ਨਿਜਾਤ ਮਿਲ ਸਕੇ। ਦੇਵੀਗੜ੍ਹ ਭੇਵਾ ਤੋਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸੁੱਖਾ ਖੇੜੀਵਾਲਾ।